ਕਲਕੱਤਾ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਇੱਕ ਟ੍ਰੇਨਿੰਗ ਡਾਕਟਰ ਦੇ ਨਾਲ ਰੇਪ ਅਤੇ ਉਸਦੇ ਕਤਲ ਦੀ ਘਟਨਾ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ, ਤਾਂ ਅਜਿਹੇ ਦੇ ਵਿੱਚ ਡਾਕਟਰਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੀ ਹੋਣ ਲੱਗੀ ਹੈ ਕਿ ਆਖਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੁੰਦੀਆਂ ਨੇ ਅਤੇ ਐਸੇ ਲੋਕਾਂ ਦੇ ਖਿਲਾਫ ਅੱਗੇ ਤੋਂ ਕਿਸ ਤਰ੍ਹਾਂ ਦੀ ਸਖ਼ਤੀ ਕੀਤੀ ਜਾਵੇ, ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਮੋਹਾਲੀ ਦੇ 6 ਫੇਸ ਦੇ ਵਿੱਚ, ਜਿੱਥੇ ਇਸ ਵੇਲੇ ਹੜਤਾਲ ਚੱਲ ਰਹੀ ਹੈ। ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੜਤਾਲ ਚੱਲ ਰਹੀ ਹੈ, ਔਰ ਇਸ ਹੜਤਾਲ ਦੇ ਚੱਲਦਿਆਂ ਇਸ 6 ਫੇਸ ਦੇ ਹਸਪਤਾਲ ਦੇ ਵਿੱਚ, ਜਿੱਥੇ ਅਕਸਰ ਅਸੀਂ ਦੇਖਦੇ ਹਾਂ ਕਿ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਉੱਥੇ ਅੱਜ OPD ਦੇ ਬਾਹਰ ਤੁਹਾਨੂੰ ਕਿਸੇ ਕਿਸਮ ਦੀ ਲਾਈਨ ਨਜ਼ਰ ਨਹੀਂ ਆਏਗੀ, ਕਿਉਂਕਿ OPD ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ। ਡਾਕਟਰ ਹੜਤਾਲ 'ਤੇ ਨੇ, ਔਰ ਇਸ ਹੜਤਾਲ ਦੇ ਚੱਲਦਿਆਂ ਅੱਜ ਇੱਥੇ ਡਾਕਟਰ ਜਿਹੜੇ ਨੇ ਉਹ ਮਰੀਜ਼ਾਂ ਦਾ ਚੈੱਕਅਪ ਜਿਹੜਾ ਉਹ ਨਹੀਂ ਕਰਨਗੇ। ਹਾਲਾਂਕਿ ਐਮਰਜੈਂਸੀ ਸੇਵਾਵਾਂ ਚਾਲੂ ਨੇ, ਤਾਂ ਕਿ ਜੇ ਕੋਈ ਐਮਰਜੈਂਸੀ ਦੇ ਵਿੱਚ ਇਸ ਹਸਪਤਾਲ ਦੇ ਅੰਦਰ ਆਉਂਦਾ ਤਾਂ ਉਸ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਡਾਕਟਰ ਦਾ ਫਰਜ਼ ਹੈ ਮਰੀਜ਼ ਦੀ ਜਾਨ ਬਚਾਉਣਾ। ਤਾਂ ਅਜਿਹੇ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਿਆ ਗਿਆ, ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ, ਕਿਸੇ ਦੀ ਜਾਨ ਤੇ ਨਾ ਬਣ ਪਵੇ, ਪਰ OPD ਸੇਵਾਵਾਂ ਬੰਦ ਰਹਿਣਗੀਆਂ। ਡਾਕਟਰ ਇੱਥੇ ਇਕੱਠੇ ਨੇ, ਉਹਨਾਂ ਦਾ ਬਾਕੀ ਸਟਾਫ ਇੱਥੇ, ਡਾਕਟਰ ਅਸ਼ਵਨੀ ਕੁਮਾਰ ਮੌਜੂਦ ਨੇ। ਡਾਕਟਰ ਸਾਹਿਬ, ਪ੍ਰੋਟੈਸਟ ਅਸੀਂ ਦੇਖਾਂ ਕਿ ਪੂਰੇ ਦੇਸ਼ ਦੇ ਵਿੱਚ ਹਾਲਾਂਕਿ ਚੱਲ ਰਹੇ ਨੇ, ਜਿਸ ਤਰ੍ਹਾਂ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਸਰਕਾਰ ਨੇ ਦਾਅਵੇ ਵੀ ਬੜੇ ਕੀਤੇ ਨੇ, ਪਰ ਅੱਜ ਪਹਿਲਾਂ ਤਾਂ ਇਹ ਕਿ ਪ੍ਰੋਟੈਸਟ ਕਿਸ ਤਰ੍ਹਾਂ ਦਾ ਕੀਤਾ ਜਾ ਰਿਹਾ, ਕੀ ਚੱਲ ਰਿਹਾ, ਕੀ ਸੇਵਾਵਾਂ ਅੱਜ ਬੰਦ ਨੇ, ਕਿਹੜੀਆਂ ਸੇਵਾਵਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ? ਜੀ, ਪਹਿਲਾਂ ਤਾਂ ਮੈਂ ਨਿਊਜ਼ 18 ਦਾ ਆਪਣੇ ਸਾਰੇ ਡਾਕਟਰਸ, ਨਰਸਿਸ ਅਤੇ ਸਾਰੇ ਹੋਸਪਿਟਲ ਦੇ ਸਟਾਫ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਆਪਣਾ ਵਿਊ ਪੁਆਇੰਟ ਰੱਖਣ ਲਈ। ਅੱਜ ਦਾ ਜਿਹੜਾ ਪ੍ਰੋਟੈਸਟ ਹੈਗਾ, ਇਹਦੇ ਵਿੱਚ ਅਸੀਂ ਸਾਰੇ ਹੋਸਪਿਟਲ ਦਾ ਸਟਾਫ, ਇਨਕਲੂਡਿੰਗ ਸਾਡੇ ਸਟੂਡੈਂਟਸ, ਸਾਰੇ ਜਿਹੜਾ ਬੰਗਾਲ ਦੇ ਵਿੱਚ ਸਾਰੇ ਦੇਸ਼ ਨੂੰ ਪਤਾ ਬਹੁਤ ਹੀ ਮੰਦਭਾਗਾ ਇੰਸੀਡੈਂਟ ਹੋਇਆ, ਉਹਨੂੰ ਲੈ ਕੇ ਹੈ। ਇੱਕ ਉਹਦੇ ਵਿੱਚ ਜਸਟਿਸ ਦੀ ਗੱਲ ਹੈ, ਜਸਟਿਸ ਅਸੀਂ ਇਹ ਚਾਹੁੰਦੇ ਕਿ ਪਨਿਸ਼ਮੈਂਟ ਸ਼ੁੱਡ ਬੀ ਸਰਟਨ, ਔਰ ਜਿਵੇਂ ਦੀਆਂ ਹੁਣ ਗੱਲਾਂ ਆ ਰਹੀਆਂ ਕਿ ਇੱਕ ਬੰਦਾ ਨਹੀਂ ਸੀ, ਹੋਰ ਵੀ ਹੈਗੇ ਸੀ, ਉਹ ਜਿੰਨੇ ਵੀ ਹੈ, ਨੋਟ ਲੈਸ ਦੈਨ ਡੈਥ ਸੈਂਟੈਂਸ ਸਾਡੀ ਡਿਮਾਂਡ ਹੈ, ਜਿੰਨਾ ਬਰੂਟਲ ਉਹ ਇੰਸੀਡੈਂਟ ਹੈਗਾ। ਜਿੱਥੋਂ ਤੱਕ ਹੋਸਪਿਟਲ ਦੀ ਸਰਵਿਸਿਜ਼ ਦੀ ਗੱਲ ਹੈ, ਅਸੀਂ ਇਹ ਪ੍ਰਸ਼ਾਸਨ ਨੂੰ ਦੱਸਿਆ ਸੀ, ਅਸੀਂ OPD 'ਤੇ ਜਿਹੜੀਆਂ ਇਲੈਕਟਿਵ ਸਰਜਰੀਜ਼ ਨੇ ਉਹਨਾਂ ਨੂੰ ਅੱਜ 3 ਤੋਂ 4 ਘੰਟੇ ਲਈ ਉਹਨਾਂ ਨੂੰ ਪ੍ਰੋਟੈਸਟ ਲਈ ਉਹਨਾਂ ਨੂੰ ਛੱਡਿਆ ਸੀ, ਪਰ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਉਹ ਚੱਲ ਰਹੀਆਂ ਨੇ ਅਤੇ ਉਹ ਚੱਲਦੀਆਂ ਰਹਿਣਗੀਆਂ। ਅੱਛਾ, ਸਰਕਾਰ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ, ਸਰਕਾਰ ਦੇ ਵੱਲੋਂ ਭਰੋਸਾ ਦਿੱਤਾ ਜਾ ਰਿਹਾ, ਉਸ ਤੋਂ ਬਾਅਦ ਅੱਗੇ ਕਿਸ ਤਰ੍ਹਾਂ ਦਾ ਫੈਸਲਾ ਕੀਤਾ ਜਾ ਸਕਦਾ? ਤੁਹਾਨੂੰ ਲੱਗਦਾ ਹੈ ਕਿ ਇਨਸਾਫ ਵਾਲੇ ਪਾਸੇ ਸਰਕਾਰ, ਕਿਉਂਕਿ ਦਾਅਵਾ ਕਰ ਰਹੀ ਹੈ, ਔਰ ਅੱਗੇ ਤੋਂ ਵੀ, ਕਿਉਂਕਿ ਹਾਲਾਂਕਿ ਜਿਹੜਾ ਲੇਡੀ ਸਟਾਫ ਹੁੰਦਾ ਉਹਨਾਂ ਨੂੰ ਜ਼ਿਆਦਾ ਚਿੰਤਾ ਹੁੰਦੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਕਿਧਰੇ ਵੀ ਦੁਨੀਆਂ 'ਚ ਹੀ ਨਾ ਵਾਪਰੇ, ਤਾਂ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਿਹੜੇ ਹੈਗੇ ਕਦਮ ਚੁੱਕਣ ਦਾ ਦਾਅਵਾ ਕਰਦੀ ਹੈ, ਉਹ ਸਫੀਸ਼ੀਐਂਟ ਨੇ, ਅਤੇ ਅੱਗੇ ਤੁਹਾਡੇ ਕੀ ਕਦਮ ਰਹਿਣ ਵਾਲੇ? ਹਾਂ, ਇੱਕ ਗੱਲ ਸਰਕਾਰ ਦੀ ਪੋਜ਼ਿਟਿਵ ਹੈ ਕਿ ਉਹਨਾਂ ਨੇ ਚਲੋ ਥਰੂ ਕੋਰਟ ਹੋਇਆ ਕਿ CBI ਦੀ ਇਨਕੁਆਇਰੀ ਹੋਈ ਔਰ CBI ਦੀ ਟੀਮ ਪਹੁੰਚ ਗਈ ਹੈ, ਦੈਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ ਅਸੀਂ ਮੰਨਦੇ ਹਾਂ। ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਧਿਆਂ ਦੀ ਸਖ਼ਤ ਲੋੜ ਆ, ਉਹਦੇ ਵਿੱਚ ਪਹਿਲਾਂ ਤਾਂ ਸਾਰੇ ਹੋਸਪਿਟਲ, ਜੇ ਅਸੀਂ ਆਪਣੇ ਜਾਂ ਪੰਜਾਬ ਦੇ ਹਸਪਤਾਲਾਂ ਦੀ ਗੱਲ ਕਰੀਏ, ਮੈਡੀਕਲ ਕਾਲਜ ਦੀ, ਪੰਜਾਬ ਦੇ 4 ਸਰਕਾਰੀ ਮੈਡੀਕਲ ਕਾਲਜ ਨੇ, ਹੋਰ ਜ਼ਿਆਦਾ CCTV, ਹੋਰ ਜ਼ਿਆਦਾ ਸਿਕਿਉਰਿਟੀ ਪਰਸਨਲ, ਅਤੇ ਸਿਕਿਉਰਿਟੀ ਪਰਸਨਲ ਕੋ ਕੁਝ ਮਤਲਬ ਹੀਲਾ ਵਸੀਲਾ ਹੋਏ ਕਿ ਉਹ ਵਿਚਾਰੇ ਵੀ ਇਕੱਲੇ ਕੀ ਕਰ ਲੈਣਗੇ। ਇੱਥੇ ਕਈ ਵਾਰੀ ਗੌਰਮੈਂਟ ਹੋਸਪਿਟਲਸ ਦੇ ਵਿੱਚ ਬਹੁਤ ਵਾਰੀ ਲੋਕ ਬੜੇ ਵਾਇਲੈਂਟ ਹੋ ਜਾਂਦੇ ਆ, ਠੀਕ ਹੈ,
ਤੇ ਇਸ ਕਰਕੇ ਉਹਨਾਂ ਕੋਲ ਇਹੋ ਜਿਹੇ ਜਿਵੇਂ ਅਸੀਂ ਅੱਜ ਸਾਡੀ ਗੱਲ ਕੀਤੀ ਕਿ ਸਟਨ ਗਨਸ ਇਹੋ ਜਿਹੀਆਂ ਚੀਜ਼ਾਂ ਹੋਣ ਕਿ ਇੱਕ ਡੈਟਰੈਂਟ ਦੇ ਤੌਰ 'ਤੇ ਵੀ ਆਪਣੇ ਸਟਾਫ ਨੂੰ ਬਚਾਉਣਾ, ਕਿਉਂਕਿ ਜਦੋਂ ਵੀ ਕੋਈ ਦੇਖੋ ਇਹ ਇੰਸੀਡੈਂਟਸ ਹੈਗਾ, ਇਹ ਇਕੱਲਾ ਡਾਕਟਰਸ ਨਰਸਿਸ ਟੈਕਨੀਸ਼ੀਅਨ ਔਰ ਸਟੂਡੈਂਟਸ ਲਈ ਨਹੀਂ ਹੈਗਾ, ਇੱਥੇ ਹੋਸਪਿਟਲ ਦੇ ਨਾਲ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਆਉਂਦੇ ਨੇ, ਠੀਕ ਹੈ, ਬਹੁਤ ਸਾਰੇ ਫੀਮੇਲ ਰਿਸ਼ਤੇਦਾਰ ਵੀ ਹੁੰਦੇ ਨੇ। ਇਹ ਘਟਨਾ ਕਿਸੇ ਨਾਲ ਵੀ, ਰੱਬ ਨਾ ਕਰੇ, ਕਿਸੇ ਨਾਲ ਵੀ ਵਾਪਰ ਸਕਦੀ ਹੈ, ਕਿਉਂਕਿ ਜਿਹੜਾ ਬੰਦਾ ਕ੍ਰਿਮੀਨਲ ਮਾਈਂਡਡ ਆ ਉਹਨੇ ਇਹ ਨਹੀਂ ਮਤਲਬ ਦੇਖਣਾ ਨਾ ਕਿ ਇਹ ਹੋਸਪਿਟਲ ਦੇ ਸਟਾਫ ਨੂੰ ਪਿਕ ਐਂਡ ਚੂਜ਼ ਆ, ਦਿਸ ਕੈਨ ਹੈਪਨ ਵਿਦ ਐਨੀ ਵਨ। ਸੋ ਉਹ ਚੀਜ਼ਾਂ ਤੇ ਹੋਰ ਵੀ ਸਾਨੂੰ ਲੱਗਦਾ ਕਿ ਹੋਰ ਵੀ ਚੀਜ਼ਾਂ ਕਰਨ ਦੀ ਲੋੜ ਹੈਗੀ ਆ। ਮੋਰ ਅੱਗੇ ਤੁਹਾਡਾ ਇਹ ਪ੍ਰੋਟੈਸਟ ਅੱਜ ਦੇ ਲਈ ਹੈ ਜਾਂ ਅੱਗੇ ਤੁਸੀਂ ਸਰਕਾਰ ਦੇ ਵੱਲ ਦੇਖੋਗੇ, ਸਰਕਾਰ ਦੀਆਂ ਜਿਹੜੇ ਦਾਅਵੇ ਨੇ ਜਾਂ ਉਹਦੇ ਵੱਲ ਦੇਖੋਗੇ? ਅੱਗੇ ਫਿਲਹਾਲ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਾਂ ਅੱਜ ਦੀ ਜਿਹੜੀ ਕਾਲ ਸੀ ਇਹ ਅੱਜ ਦੇ ਲਈ ਰਹੇਗੀ? ਐਜ਼ ਆਫ ਨਾਓ ਤਾਂ ਅੱਜ ਦੇ ਆ, ਪਰ ਬਿਲਕੁਲ ਅਸੀਂ ਇਨ ਲਾਈਨ ਹੈਗੇ ਹਾਂ ਦੇਸ਼ ਦੇ ਵਿੱਚ, ਜਿਵੇਂ ਬਾਕੀ ਸਾਰੀਆਂ ਹੈਲਥ ਐਸੋਸੀਏਸ਼ਨ ਜਿਵੇਂ ਕਰ ਰਹੀਆਂ, ਚਾਹੇ ਡਾਕਟਰਸ ਨਰਸਿਸ ਨੇ ਜਿਵੇਂ ਔਰ ਸਟਰੋਂਗਲੀ ਅਸੀਂ ਓਬਜ਼ਰਵ ਕਰ ਰਹੇ ਹਾਂ ਕਿ ਕੇਸ ਪ੍ਰੋਗਰੈਸ ਕਿਵੇਂ ਕਰਦਾ। ਸੋ ਜਿਵੇਂ ਵੀ ਜੇ ਚੀਜ਼ਾਂ ਪੋਜ਼ਿਟਿਵ ਡਾਇਰੈਕਸ਼ਨ ਵੱਲ ਜਾਂਦੀਆਂ, ਸਜ਼ਾ ਅਤੇ ਜਸਟਿਸ, ਸਜ਼ਾ ਵੀ ਸੇ ਨੋਟ ਲੈਸ ਦੈਨ ਡੈਥ ਸੈਂਟੈਂਸ, ਜੇ ਉਹ ਹੁੰਦੀ ਹੈ ਤਾਂ ਫਿਰ ਅਸੀਂ ਸਾਰੇ ਉਹਦੇ ਨਾਲ ਸੰਤੁਸ਼ਟ ਹੋਵਾਂਗੇ ਅਤੇ ਫਿਰ ਵੀ ਵਿਲ ਨੋਟ। ਪਰ ਜੇ ਇਹੋ ਜਿਹਾ ਕੁਛ ਨਹੀਂ ਹੁੰਦਾ ਤਾਂ ਫਿਰ ਇਹ ਪ੍ਰੋਟੈਸਟ ਅੱਗੇ ਵੀ ਜਾਰੀ ਰਹੇਗਾ। ਤਾਂ ਇੱਕ ਡਾਕਟਰ ਉਹ ਹੈ ਜਿਹਨੂੰ ਜਦੋਂ ਕੋਈ ਮਰੀਜ਼ ਦੇਖਦਾ ਤਾਂ ਉਹਦੇ 'ਚ ਸਾਹ ਪੈਂਦੇ ਹੈ ਕਿ ਮੇਰੀ ਜਾਨ ਬਚੇਗੀ, ਪਰ ਜਦੋਂ ਕਿਸੇ ਡਾਕਟਰ ਦੇ ਨਾਲ ਅਜਿਹੀ ਘਟਨਾ ਵਾਪਰਦੀ ਆ ਤਾਂ ਚਿੰਤਾ ਵੱਧ ਜਾਂਦੀ ਆ। ਤਾਂ ਐਸਾ ਕਿਉਂ ਵਾਪਰਦਾ? ਤੁਸੀਂ ਇੱਕ ਲੇਡੀ ਵੀ ਹੋ, ਇੱਕ ਲੇਡੀਜ਼ ਦੇ ਲਈ ਕਈ ਤਰ੍ਹਾਂ ਚੁਣੌਤੀਆਂ ਵੀ ਨੇ, ਇੱਕ ਤਾਂ ਮਰੀਜ਼ਾਂ ਦੀ ਜਾਨ ਵੀ ਬਚਾਉਣੀ ਆ, ਦੂਜੇ ਪਾਸੇ ਖੁਦ ਨੂੰ ਵੀ, ਜੇ ਇਸਦਾਂ ਦੇ ਦਰਿੰਦੇ ਸਮਾਜ ਦੇ ਵਿੱਚ ਨੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਭੈ ਭੀਤ, ਜਿਹੜੀਆਂ ਨਵੇਂ ਡਾਕਟਰ ਨੇ, ਨਵਾਂ ਸਟਾਫ ਹੈ, ਉਹ ਬਹੁਤ ਚਿੰਤਤ ਹੁੰਦੇ ਹੋਣਗੇ। ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ। ਮੈਂ ਨਰਸਿੰਗ ਐਸੋਸੀਏਸ਼ਨ ਦੀ ਜੁਆਇੰਟ ਸੈਕਟਰੀ ਹਾਂ ਜੀ, ਪੰਜਾਬ ਯੂਨਾਈਟਿਡ ਫਰੰਟ ਦੀ। ਮੈਂ ਇਹ ਦੱਸਣਾ ਚਾਹਾਂਗੀ ਕਿ ਮੈਂ ਬਹੁਤ ਸਾਰਾ ਸਮਾਂ ਆਪਣੀ ਨੌਕਰੀ ਦਾ ਐਮਰਜੈਂਸੀ ਸਰਵਿਸਿਜ਼ ਹੀ ਪ੍ਰੋਵਾਈਡ ਕੀਤੀਆਂ ਨੇ। ਇੱਥੇ ਕੀ ਹੁੰਦਾ ਹੈ ਕਿ ਜਦੋਂ ਲੋਕ ਆਉਂਦੇ ਨੇ, ਸੌਰੀ ਟੂ ਸੇ ਬਟ ਇਹ ਮੈਂ ਪਬਲਿਕਲੀ ਕਹਿਣਾ ਚਾਹਾਂਗੀ ਕਿ ਐਵਰੀ ਸੈਕਿੰਡ ਪਰਸਨ ਡਰੰਕ ਹੁੰਦਾ। ਲੋਕਾਂ ਨੂੰ ਇਹ ਬੜਾ ਪਤਾ ਹੁੰਦਾ ਕਿ ਇਹ ਸਾਡੇ ਨੌਕਰ ਹੈ, ਸਰਕਾਰ ਦੇ ਨੌਕਰ ਨੇ, ਸਾਡੇ ਵੀ ਨੌਕਰ ਹੈ। ਸੋ ਦੇ ਨੋ ਦੇਅਰ ਰਾਈਟਸ ਟੁਵਰਡਸ ਹੋਸਪਿਟਲ ਇੰਪਲੋਈਜ਼, ਵੇਅਰ ਐਜ਼ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਡਿਊਟੀਜ਼ ਕੀ ਨੇ। ਐਂਡ ਐਵਰੀਬਡੀ ਹੈਜ਼ ਟੂ ਐਡਮਿਟ ਦਿਸ ਥਿੰਗ ਕਿ ਵਨ ਅ ਪਰਸਨ ਇਜ਼ ਡਿਰਾਈਵ ਫਰੋਮ ਦਾ ਨੋਰਮਲ ਸਟੇਟਸ, ਉਹਦੀ ਭਾਸ਼ਾ ਬਦਲ ਜਾਂਦੀ ਹੈ। ਔਰ ਵੀ ਆਰ ਸਪੋਜ਼ ਟੂ ਲਿਸਨ, ਅਸੀਂ ਬੜੀ ਉਹਨਾਂ ਨੂੰ ਟੈਕਟਫੁਲੀ ਡੀਲ ਕਰਦੇ ਹਾਂ। ਇਹ ਜਿਹੜੀ ਮੰਦਭਾਗੀ ਘਟਨਾ ਕਲਕੱਤੇ ਵਿੱਚ ਹੋਈ ਹੈ, ਇਹ ਇੱਕ ਮਾਨਸਿਕ ਵਿਕ੍ਰਿਤ ਵਿਅਕਤੀ ਸੀਗਾ ਜਿਸ ਵੱਲੋਂ ਕੀਤੀ ਗਈ ਹੈ। ਸੁਣਨ ਵਿੱਚ ਇਹ ਆ ਰਿਹਾ ਕਿ ਉਸ ਵਿਅਕਤੀ ਦੀਆਂ 3 ਤੋਂ 4 ਮਲਟੀਪਲ ਮੈਰਿਜਿਸ ਹੋਈਆਂ ਹੋਈਆਂ ਸੀਗੀਆਂ। ਉਸ ਬੰਦੇ ਨੇ ਬਕਾਇਦਾ ਸੈਕਿੰਡ ਫਲੋਰ ਤੇ, ਫਸਟ ਫਲੋਰ ਤੇ ਰੇਕੀ ਕੀਤੀ ਔਰ ਉਸਨੇ ਇਹ ਬਰੂਟਲ ਮਰਡਰ ਵੀ ਕੀਤਾ। ਨਾਟ ਓਨਲੀ ਉਸਨੇ ਉਸ ਲੜਕੀ ਦਾ ਰੇਪ ਕੀਤਾ, ਉਹ ਸਭ ਤੋਂ ਪਹਿਲਾਂ ਸਮਾਜ ਦੀ ਬੇਟੀ ਸੀ। ਵਾਈ ਵੀ ਆਲ ਆਰ ਗੈਦਰਡ ਹੇਅਰ, ਬਿਕੋਜ਼ ਇਹ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਮੁੱਦਾ ਨਹੀਂ ਹੈ, ਇਹ ਹਰ ਉਸ ਲੜਕੀ ਦਾ ਮੁੱਦਾ ਹੈ, ਹਰ ਉਸ ਔਰਤ ਦਾ ਮੁੱਦਾ ਹੈ ਜਿਸ ਨੂੰ ਘਰ ਵਿੱਚ ਕੋਈ ਪਰੇਸ਼ਾਨੀ ਹੈ ਔਰ ਉਸ ਹੋਸਪਿਟਲ ਦਾ ਰੁੱਖ ਕਰ ਰਹੀ ਹੈ, ਹੋਸਪਿਟਲ ਆ ਰਹੀ ਹੈ। ਕਈ ਵਾਰੀ ਉਸਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਕਿ ਉਹਨੂੰ ਇਕੱਲੇ ਵੀ ਆਉਣਾ ਪੈ ਸਕਦਾ। ਸੋ ਦਿਸ ਕੈਨ ਹੈਪਨ ਟੂ ਦੈਟ ਪਰਟੀਕੁਲਰ ਵਿਮੈਨ ਆਲਸੋ। ਇਹ ਸਰਕਾਰ ਜਿਹੜੀ ਹੈ ਉਹਨੂੰ ਇਸ ਫੀਮੇਲ ਸਟਾਫ ਦੀ ਸਿਕਿਉਰਿਟੀ ਲਈ ਹੋਸਪਿਟਲ ਦੇ ਵਿੱਚ ਖਾਸ ਕਰਕੇ ਜਿਹੜੀਆਂ ਸੇਵਾਵਾਂ ਐਮਰਜੈਂਸੀ ਵੱਲੋਂ ਦਿੱਤੀਆਂ ਜਾਂਦੀਆਂ ਵਿੱਚ 24/7, ਉਹ ਉਸ ਪਰਟੀਕੁਲਰ ਲੜਕੀ ਨੇ ਵੀ ਆਪਣਾ ਕੰਮ ਵਾਈਂਡ ਅਪ ਕਰਕੇ 2 ਵਜੇ ਉਹ ਉੱਪਰ ਸੈਮੀਨਾਰ ਹਾਲ 'ਚ ਸੌਣ ਲਈ ਗਈ ਸੀ। ਕਿ ਇਹ ਉਸਦਾ ਰਾਈਟ ਨਹੀਂ ਸੀ? ਉਹ ਉੱਥੇ ਰੈਸਟ ਕਰ ਰਹੀ ਸੀ,
ਔਰ ਉਹ ਵਿਅਕਤੀ ਨੇ ਪੂਰੀ ਰੇਕੀ ਕੀਤੀ ਔਰ ਉੱਥੇ ਪਹੁੰਚਿਆ। ਉੱਥੇ ਸੀਸੀਟੀਵੀ ਕੈਮਰਾਜ਼ ਨਹੀਂ ਸੀ। ਮਮਤਾ ਬੈਨਰਜੀ ਸਰਕਾਰ ਵੈਸੇ ਬਹੁਤ ਆਵਾਜ਼ ਬੁਲੰਦ ਕਰਦੀ ਹੈ ਔਰਤਾਂ ਦੇ ਪ੍ਰਤੀ, ਪਰ ਕੀ ਉਸ ਪਰਟੀਕੁਲਰ ਇੰਨਾ ਵੱਡਾ ਉਹ ਆਰਜੀ ਮੈਡੀਕਲ ਕਾਲਜ ਹੈ ਕਿ ਉੱਥੇ ਸੀਸੀਟੀਵੀ ਕੈਮਰਾ ਨਹੀਂ ਹੋਣੇ ਚਾਹੀਦੇ ਸੀਗੇ? ਤੁਹਾਨੂੰ ਲੱਗਦਾ ਕਿ ਹੁਣ ਜੇ ਹਾਲਾਂਕਿ ਸਰਕਾਰ ਦਾਵਾ ਕਰੇ, ਤੁਹਾਨੂੰ ਲੱਗਦਾ ਹੈ ਕਿ ਹਾਲਾਂਕਿ ਜੋ ਜਿਹੜੀ ਘਟਨਾ ਵਾਪਰ ਗਈ ਉਹ ਵਾਪਸ ਨਹੀਂ ਹੋ ਸਕਦੀ, ਪਰ ਉਹਨਾਂ ਲੋਕਾਂ ਨੂੰ ਸਜ਼ਾ ਔਰ ਤੁਹਾਨੂੰ ਲੱਗਦਾ ਕਿ ਅੱਗੇ ਤੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸੰਜੀਦਾ ਜਾਂ ਉਸ ਪਾਸੇ ਵੱਲ ਵੱਧ ਰਹੀ ਹੈ? ਦੇਖੋ ਜੀ, ਉਸੀ ਚੀਜ਼ ਲਈ ਤੁਹਾਡੇ ਉਸੀ ਕੁਐਸਚਨ ਦਾ ਉੱਤਰ ਦੇ ਰਹੇ ਹਾਂ ਕਿ ਉਸੀ ਚੀਜ਼ ਲਈ ਸਰਕਾਰ ਦੀ ਬੰਦ ਅੱਖਾਂ ਨੂੰ ਜਗਾਉਣ ਲਈ ਇੱਥੋਂ ਆਵਾਜ਼ ਵੈਸਟ ਬੰਗਾਲ ਤੱਕ ਜਾਣੀ ਚਾਹੀਦੀ ਹੈ। ਦੈਟ ਇਜ਼ ਵਾਈ ਵੀ ਆਰ ਪ੍ਰੋਟੈਸਟਿੰਗ ਹੇਅਰ ਕਿ ਇਹ ਆਵਾਜ਼ ਮਮਤਾ ਬੈਨਰਜੀ ਸਰਕਾਰ ਔਰ ਹਰ ਪ੍ਰਦੇਸ਼ ਦੀ ਸਰਕਾਰ ਨੂੰ ਜਾਣੀ ਚਾਹੀਦੀ ਹੈ ਕਿ ਜਿਹੜੇ ਹਸਪੀਟਲਸ ਨੇ, ਨੋ ਡਾਊਟ ਕਿ ਵੀ ਆਰ ਸਰਵੈਂਟ ਆਫ ਪਬਲਿਕ, ਵੀ ਆਰ ਫੁਲਫਿਲਿੰਗ ਆਵਰ ਡਿਊਟੀਜ਼, ਦ ਓਨਲੀ ਥਿੰਗ ਇਜ਼ ਵੀ ਨੀਡ ਸਿਕਿਉਰਿਟੀ, ਸੁਰੱਖਿਆ ਬਹੁਤ ਜ਼ਰੂਰੀ ਹੈ। ਤਾਂ ਕਹਿੰਦੇ ਨੇ ਕਿ ਬੇਸ਼ੱਕ ਘਟਨਾ ਉੱਥੇ ਵਾਪਰੀ ਹੈ, ਪਰ ਇਸ ਪ੍ਰਦਰਸ਼ਨ ਦੇ ਰਾਹੀਂ ਸੁਨੇਹਾ ਉੱਥੋਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਔਰ ਨਾਲ ਹੀ ਬਾਕੀ ਸਰਕਾਰਾਂ ਨੂੰ ਵੀ, ਸਿਸਟਮ ਨੂੰ ਵੀ, ਕਿਉਂਕਿ ਡਾਕਟਰ ਵੀ ਜੇ ਇੱਥੇ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਜਾਨ ਬਚਾਉਣ ਦੇ ਲਈ ਮੌਜੂਦ ਨੇ ਤਾਂ ਉਹਨਾਂ ਦੀ ਵੀ ਜਾਨ ਮਾਲ, ਉਹਨਾਂ ਦੀ ਵੀ ਸਿਕਿਉਰਿਟੀ ਜਿਹੜੀ ਹੈ ਉਹ ਕਰਨਾ ਸਾਡਾ ਅਤੇ ਸਾਡੇ ਸਿਸਟਮ ਦਾ ਫਰਜ਼ ਬਣਦਾ। ਫਿਲਹਾਲ ਪ੍ਰਦਰਸ਼ਨ ਜਾਰੀ ਹੈ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ। ਸਮਾਜ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਹੜੀ ਇੱਕ ਡਾਕਟਰ ਦੇ ਨਾਲ, ਜਿਹੜੀ ਇੱਕ ਪੜ੍ਹ ਰਹੀ ਸੀ ਲੜਕੀ ਉਸ ਦੇ ਨਾਲ ਵਾਪਰੀ। ਅਸੀਂ ਸਾਰੇ ਸਖਤ ਸ਼ਬਦਾਂ ਵਿੱਚ ਮੈਂ ਇਹਦੀ ਨਿਖੇਧੀ ਕਰਦੀ ਹਾਂ, ਮੇਰਾ ਸਾਰਾ ਸਟਾਫ ਕਰਦਾ, ਕਿਉਂਕਿ ਇੱਕ ਮੈਂ ਵੀ ਔਰਤ ਹਾਂ, ਮੇਰੀਆਂ ਮੇਰਾ ਨਾਮ ਸੁਖਵਿੰਦਰ ਕੌਰ ਹੈ, ਮੈਂ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਨਰਸਿੰਗ ਸਿਸਟਰ ਐਜ਼ ਏ ਇੰਚਾਰਜ ਆਫ ਸਟਾਫ ਵਜੋਂ ਕੰਮ ਕਰ ਰਹੀ ਹਾਂ। ਅੱਜ ਜਿਹੜੇ ਅਸੀਂ ਸਾਰੇ ਇਕੱਠੇ ਹੋਏ ਹਾਂ, ਅੱਜ ਜੋ ਵੀ ਜਿਹੜੀ ਕੋਲਕਾਤਾ ਆਰਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਜਿਹੜੀ ਸੀ ਮੈਡੀਕਲ ਦੀ ਡਾਕਟਰੀ ਕਰ ਰਹੀ ਸੀ, ਉਹਦੇ ਨਾਲ ਜੋ ਵੀ ਘਟਨਾ ਵਾਪਰੀ ਹੈ ਬੜੀ ਹੀ ਸ਼ਰਮਨਾਕ, ਘਨੌਣੀ, ਅਤੇ ਜਿਹੜੀ ਹੈਗੀ ਆ ਸਾਰੇ ਸਮਾਜ ਦੀ ਜਿਹੜੀ ਹੈਗੀ ਆ ਨਾ, ਇਹਨੇ ਸਿਰਨੀਵਾਂ ਕਰਕੇ ਰੱਖ ਦਿੱਤਾ ਇਸ ਤਰੀਕੇ ਦੀ ਘਟਨਾ ਨਾਲ। ਸਾਡੇ ਬੱਚੇ ਜਿਹੜੇ ਹੈਗੇ ਆ, ਬੇਟੀਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ, ਬੜੇ ਵਧੀਆ ਕਾਲਜਾਂ 'ਚ ਭੇਜਦੇ ਹਾਂ, ਉਸ ਤੋਂ ਬਾਅਦ 'ਚ ਇਸ ਤਰੀਕੇ ਦੀ ਕੋਈ ਹਰਕਤ ਹੋ ਜਾਵੇ, ਮੈਨੂੰ ਨਹੀਂ ਲੱਗਦਾ ਕਿ ਉਹ ਪੇਰੈਂਟਸ ਦਾ ਜਿਹੜਾ ਹੈਗਾ ਕੀ ਹਾਲ ਹੋ ਸਕਦਾ। ਅਸੀਂ ਸਾਨੂੰ ਵੀ ਜਿਹੜਾ ਹੈਗਾ ਇਸ ਸੋਚ ਤੋਂ ਬਾਅਦ 'ਚ ਡਰ ਲੱਗਣ ਲੱਗ ਗਿਆ ਕਿ ਸਾਡੇ ਬੱਚੇ ਕੀ ਸੁਰੱਖਿਅਤ ਨੇ, ਸਾਡੀਆਂ ਬੇਟੀਆਂ ਸੁਰੱਖਿਅਤ ਨੇ। ਪਰ ਇਸ ਦੇ ਲਈ ਜਿਹੜਾ ਹੈਗਾ, ਜੇ ਜਿੰਨੀ ਦੇਰ ਤੱਕ ਸਮਾਜ ਨਹੀਂ ਨਾ ਲੱਗੇ ਆਉਂਦਾ, ਉਨੀ ਦੇਰ ਤੱਕ ਅਸੀਂ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਹਰ ਦੂਜੇ ਤੀਸਰੇ ਦਿਨ ਅੱਜ ਇਸ ਬੱਚੀ ਦੀ ਤਾਂ ਜਿਹੜੀ ਹੈਗੀ ਗੱਲ ਨਹੀਂ, ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਨੂੰ ਪਤਾ ਲੱਗ ਗਿਆ। ਪਰ ਕਈ ਇਹੋ ਜਿਹੀਆਂ ਬੱਚੀਆਂ ਆਉਂਦੀਆਂ ਨੇ ਜਿਨ੍ਹਾਂ ਦਾ ਕੁਛ ਵੀ ਨਹੀਂ ਪਤਾ ਹੁੰਦਾ ਕਿਹੜੇ ਕਿਹੜੀ ਜਗ੍ਹਾ ਤੋਂ ਆਈਆਂ ਔਰ ਕਿਉਂ ਹੋਇਆ ਇਹਨਾਂ ਦੇ ਨਾਲ, ਔਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਵਾਰ ਇਸ ਤਰੀਕੇ ਦੇ ਨਾਲ ਡੀਲ ਕਰ ਚੁੱਕੇ ਹਾਂ ਕਿਸੇ ਦਾ ਰੇਪ ਹੋਇਆ ਕਿਸੇ ਦਾ, ਕਿਉਂਕਿ ਸ਼ਰਮ ਦੇ ਨਾਲ ਜਿਹੜੀ ਇਸ ਤਰੀਕੇ ਦੀਆਂ ਗੱਲਾਂ ਲੋਕ ਜਿਹੜੇ ਹੈਗੇ ਆ ਉਹ ਲੁਕੋ ਲੈਂਦੇ ਆ ਕਿ ਸਾਡੀ ਬੇਇੱਜ਼ਤੀ ਹੋ ਜਾਏਗੀ ਸਮਾਜ ਵਿੱਚ ਅਗਰ ਅਸੀਂ ਇਸ ਗੱਲ ਨੂੰ ਨਾ ਜਾਲੀ ਜ਼ਾਹਰ ਕਰ ਦਿੱਤਾ ਕਿਸੇ ਵੀ ਜਾ ਕੇ।
ਪਰ ਮੈਂ ਹੁਣ ਇਸ ਗੱਲ ਨੂੰ ਇਹ ਵੀ ਕਹਿੰਦੀ ਹਾਂ ਕਿ ਜਿਹੜਾ ਇਸ ਤਰੀਕੇ ਦਾ ਹੈਗਾ ਇੱਥੇ ਵਿਸ਼ਾ ਮੁੱਕਦਾ ਨਹੀਂ ਹੈ ਇਸ ਗੱਲਾਂ ਕਹਿ ਕੇ ਸਾਨੂੰ ਜਿਹੜਾ ਨਾ ਚਾਹੇ ਸਕੂਲ ਤੋਂ ਲੈ ਕੇ ਅੱਗੇ ਤੱਕ ਸਾਨੂੰ ਜਿਹੜੇ ਬੱਚਿਆਂ ਨੂੰ ਨਾ ਇਸ ਦੇ ਬਾਰੇ ਸਿੱਖਿਆ ਦੇਣੀ ਚਾਹੀਦੀ ਆ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਸਿਕਿਓਰ ਕਰ ਸਕਦੇ ਹੋ, ਕਿੱਦਾਂ ਤੁਸੀਂ ਸੇਫ ਰਹਿ ਸਕਦੇ ਹੋ ਕਿਸੇ ਵੀ ਇਨਵਾਇਰਮੈਂਟ ਦੇ ਵਿੱਚ। ਸਾਨੂੰ ਇਹ ਹਰ ਜਗ੍ਹਾ ਦੇ ਉੱਤੇ ਸਾਨੂੰ ਇਹ ਸਿੱਖਿਆ ਜਿਹੜੀ ਹੈਗੀ ਆ ਸਰਕਾਰ ਵਾਲੀ ਨਾ ਇੱਕ ਸਪੈਸ਼ਲ ਜਿੱਦਾਂ ਸਬਜੈਕਟ ਬਣਾ ਦਿੱਤਾ ਜਾਂਦਾ ਨਾ, ਤਾਂ ਹੀ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਪਣੀਆਂ ਬੱਚਿਆਂ ਨੂੰ ਬਚਾ ਸਕਦੇ ਹਾਂ। ਮੇਰੀ ਇਹੀ ਸਿਰਫ ਸਾਰਿਆਂ ਨੂੰ ਅਪੀਲ ਆ, ਕਿਉਂਕਿ ਇੱਕ ਸਜ਼ਾ ਦੇਣ ਦੇ ਨਾਲ ਕੱਲ੍ਹ ਕੋਈ ਨਵਾਂ ਉੱਠ ਖੜਦਾ, ਪਰਸੋਂ ਕੋਈ ਦੂਸਰਾ ਉੱਠ ਖੜਦਾ, ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਘਟਨਾ ਹਰ ਰੋਜ਼ ਹੋ ਹੀ ਜਾ ਰਹੀ ਆ। ਇਹ ਸਾਡੇ ਸਾਹਮਣੇ ਆ ਗਈ, ਪਰ ਕਈ ਗੱਲਾਂ ਸਾਡੇ ਸਾਹਮਣੇ ਵੀ ਨਹੀਂ ਆਉਂਦੀਆਂ ਕਿ ਜਿਹੜੀਆਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ। ਅਤੇ ਇਹ ਇੱਕ ਜਿਹੜਾ ਹੈਗਾ ਸਾਰਿਆਂ ਨੂੰ ਜਿਹੜੀ ਇਸ ਬਾਰੇ ਜਿਹੜਾ ਨਾ, ਮੈਂ ਤਾਂ ਆਪਣੇ ਵੀ ਜਿਹੜੇ ਹੁਣ ਇੱਥੇ ਮੇਰੇ ਬੱਚੇ ਆ ਰਹੇ ਨੇ, ਨਰਸਿੰਗ ਵਾਲੇ ਆ ਰਹੇ, ਜੋ ਵੀ ਆ, ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਕਹੇ ਜੀ ਕੋਈ ਵੀ ਇਕੱਲੀ ਜਗ੍ਹਾ 'ਤੇ ਨਾ ਜਾਓ ਜਿੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਦੇਖ ਨਹੀਂ ਰਿਹਾ, ਕੋਈ ਲੋਕ ਬੰਦ ਹੁੰਦੇ ਆ ਜਾਂ ਕੋਈ ਇਕੱਲੇ ਕਮਰੇ, ਤੁਸੀਂ ਨਾ ਜਾਓ। ਇੱਥੇ ਸਿਕਿਉਰਿਟੀ ਮੈਂ ਆਪਣੇ ਵੱਲੋਂ ਜਿੰਨਾ ਵੀ ਕਰ ਸਕਦੀ ਹਾਂ ਮੈਂ ਉਹਨਾਂ ਬੱਚਿਆਂ ਦੀ ਇਸ ਗੱਲ 'ਤੇ ਹੈਲਪ ਕਰਾਂਗੀ। ਧੰਨਵਾਦ ਜੀ। ਸਰ ਪਹਿਲੀ ਵਾਰ ਤੋਂ ਜਬ ਇਹ ਨਿਊਜ਼ ਆਈ ਥੀ ਤਬ ਤੋ ਪੂਰੇ ਕਾਲਜ ਮੇ ਫੈਲ ਗਿਆ ਥਾ ਕਿ ਇਹ ਕਿਆ ਹੋਇਆ, ਤੋ ਅਭੀ ਤੱਕ ਹਮਕੋ ਉਸਕੋ ਸੋਚ ਕੇ ਨਾ ਕੰਪਕੰਪਾਹਟ ਹੋਤੀ ਹੈ। ਤੋ ਹਮ ਯਹੀ ਸੋਚਤੇ ਹੈ ਕਿ ਜਦੋਂ ਇਤਨਾ ਬੜਾ ਇੰਸੀਡੈਂਟ ਹੋ ਗਿਆ, ਇਹ ਤੋ ਹਮਾਰੇ ਸਾਹਮਣੇ ਹੋ ਗਿਆ, ਕਿਤਨੇ ਸਾਰੇ ਹੋਤੇ ਹੋਂਗੇ ਜੋ ਹਮਾਰੇ ਸਾਹਮਣੇ ਵੀ ਨਹੀਂ ਆਤੇ ਹੋਤੇ। ਤੋ ਯਹ ਹਮਾਰੀ ਸਿਕਿਉਰਿਟੀ ਕੇ ਬਾਰੇ ਕਿਆ ਕਹਤਾ ਹੈ? ਔਰ ਜੋ ਕਹਿ ਰਹੇ ਜੋ ਐਕਿਊਜ਼ਡ ਬੰਦਾ ਹੈ, ਵੋ ਕਹਤੇ ਕਿ ਵੋ ਸਿਵਿਕ ਪੁਲਿਸ ਵਾਲੰਟੀਅਰ ਹੈ, ਵੋ ਉਸਕੀ ਬਾਈਕ ਪੇ ਵੀ ਕੋਲਕਾਤਾ ਪੁਲਿਸ ਲਿਖੀ ਹੋਤੀ ਥੀ। ਤੋ ਅਗਰ ਹਮਾਰੀ ਪੁਲਿਸ ਵਾਲੰਟੀਅਰ ਸੇ ਵੀ ਪ੍ਰੋਬਲਮ ਹੋਏਗੀ, ਹਮ ਉਨਕੇ ਆਗੇ ਵੀ ਸੇਫ ਨਹੀਂ ਹੈ, ਤੋ ਹਮ ਕਿਸਕੇ ਆਗੇ ਸੇਫ ਹੈ? ਔਰ ਰਹੀ ਬਾਤ ਹਾਸਪਿਟਲ ਕੀ, ਵੋ ਤੋ ਹਮਾਰਾ ਇੱਕ ਸੇਫ ਏਰੀਆ ਨਾ, ਆਗੇ ਜਾ ਕੇ ਹਮਾਰੀ ਨਾਈਟ ਡਿਊਟੀਜ਼ ਹੋਏਗੀ, ਸਭ ਕੁਛ ਹੋਏਗਾ, ਹਮ ਆਪਣੇ ਘਰ ਵਾਲੋ ਕਿਆ ਜਵਾਬ ਦੇਂਗੇ ਕਿ ਹਮ ਨਾਈਟ ਡਿਊਟੀਜ਼ ਕਰਨੇ ਜਾ ਰਹੇ, ਤਾਂ ਹਮਾਰੀ ਸਿਕਿਉਰਿਟੀ ਕੇ ਲਈ ਕੌਣ ਖੜਾ ਹੈ? ਔਰ ਕਹਿ ਰਹੇ ਹੈ ਕਿ ਉਸਕੋ ਸੁਸਾਈਡ ਕਾ ਬਣਾਉਣ ਕੀ ਕੋਸ਼ਿਸ਼ ਕਰ ਰਹੇ ਹੈ, ਤੋ ਇਹ ਕਿਆ ਕਹਿਣਾ ਚਾਹਤੇ ਕਿ ਜੋ ਗਵਰਨਮੈਂਟ ਹੈ ਮਮਤਾ ਬੈਨਰਜੀ ਜੋ ਇਤਨਾ ਬੜਾ ਫੈਮਿਨਿਜ਼ਮ ਕਾ ਕਹਿਤੀ ਹੈ, ਤੋ ਇਸਕਾ ਕਿਆ ਹੀ ਕਹੇਂਗੇ ਨਾ? ਕੋਈ ਇੱਕ ਸਿਰਫ ਇੱਕ ਇਨਸਾਨ ਉਹਨੇ ਪਕੜਾ ਗਿਆ, ਜਬਕਿ ਕਹਿ ਰਹੇ ਕਿ ਮਲਟੀਪਲ ਪੀਪਲ ਆਰ ਇਨਵੋਲਵਡ, ਤੋ ਹਰ ਤਰ੍ਹਾਂ ਸੇ ਇਤਨੇ ਬੜੇ ਲੂਪ ਹੋਲਸ ਹੈ। ਵਹਾਂ ਕਾ ਕਹਿ ਰਹੇ ਕਿ ਜੋ ਸੈਮੀਨਾਰ ਹਾਲ ਥਾ ਉਸਕੇ ਆਗੇ ਕਾ ਜੋ ਸਿਕਿਉਰਿਟੀ ਕੈਮਰਾ ਥਾ ਵਹਾਂ ਪੇ ਥਾ ਹੀ ਨਹੀਂ। ਤੋ ਅਗਰ ਇਤਨੇ ਬੜੇ ਲੂਪ ਹੋਲ ਹੈ ਔਰ ਆਹ 36 ਆਵਰ ਕਿ ਸ਼ਿਫਟ ਕੇ ਲਈ ਕਿਸੀ ਕੋ ਬੋਲ ਰਹੇ ਹੋ ਜਾਣੇ ਕੇ ਲੀਏ, ਔਰ ਉਸਕੇ ਲੀਏ ਕੋਈ ਰੈਸਟ ਕਾ ਵੀ ਪ੍ਰੋਵਿਜ਼ਨ ਨਹੀਂ ਹੈ,
तो आप एक तरह से ह्यूमनली तो ट्रीट कर नहीं रहे किसी को, और अगर वहाँ पे भी वो अपने लिए कोई इस डेस्क के लिए 5 मिनट निकाल रहा है और वहाँ पे भी वो सेफ फील ना करे, तो इसमें तो मैं कहूँगी कि सिस्टम ही कितना बड़ा रिग्ड है यहाँ पे। आपको लगता है कि जो गर्ल स्टूडेंट है उन्हें भय का माहौल है इसके लिए? सर है तो है भय का माहौल। अगर हम यहाँ पे कहें कि हम यहाँ पे अपने जो है व्यूज पोस्ट करें, तो वहाँ पे भी हमको हेट कमेंट तो आएंगे, क्योंकि सोशल मीडिया का ज़माना है। चाहे 4 लोग हमारे साथ खड़े, पर बीच में 2 लोग ज़रूर होंगे जो बोलेंगे कि ऐसे नहीं पोस्ट करना चाहिए, आप होते कौन हो बोलने वाले। और एज अ गर्ल स्टूडेंट या एक नॉर्मल इंसान ही कह लो, सेफ्टी तो सबके लिए इक्वल होनी चाहिए ना।